ਬਾਹਰ ਹੀ ਖਾਣਾ ਜ਼ਿਆਦਾ ਮੈਨੂੰ ਜਦੋਂ ਕੋਈ ਮੌਕਾ ਮਿਲਦਾ ਖਾਣ ਦਾ ਕੋਈ ਯਾਰ ਮੇਰੇ ਤੇ ਬਰਥਡੇ ਵੇਲੇ ਕੀ ਕਹਿੰਦਾ ਨਾ ਵੀ ਬਈ ਯਾਰ ਆਹ ਚੀਜ਼ ਮੰਗਾਓ ਪਿੰਡ ਛੋੜਾ ਕਰਕੇ ਬਰਥਡੇ ਘੱਟ ਹੁੰਦੇ ਜਿਹੜੇ ਬਾਹਰ ਉੱਡ ਗਏ ਜਿਹੜੇ ਸੀਗੇ ਅੱਛਾ ਪਿੰਡ ਛੋਟਾ ਕਰਕੇ ਬਰਥਡੇ ਘੱਟ ਆਉਂਦੇ ਆ ਕਿੰਨੀ ਵੋਟ ਹੈ ਪਿੰਡ ਦੀ ਵੋਟ ਕਿੰਨੀ ਜਿਹੜਾ ਉਹਦੇ ਇੱਧਰ ਪਿੰਡ 300 ਵੋਟ ਆ ਯਾਨੀ ਕਿ ਹਜੇ ਪਿੰਡ ਬਣਿਆ ਨਹੀਂ ਪਿੰਡ ਬਣਾਉਣਾ ਅੱਜ ਡੰਗਰ ਪਸ਼ੂ ਹੋਣੇ ਘਰੇ ਬਾਦ ਕਿੰਨੇ ਡੰਗਰ ਪਸ਼ੂ ਹੈ 1500 ਹਾਂ ਬਾ ਪਸ਼ੂਆਂ ਦੀ ਪਸ਼ੂ ਨਹੀਂ ਤਨ ਫਟੇ ਫਟੇ ਗੱਪ ਮਾਰਨ ਜਦੋਂ ਦੇ ਮਰਜ਼ੀ ਮਾਰ ਦੋ ਚੱਲਣਗੇ ਕੁੜੀ ਬਣਾ ਕੇ ਕਹਿ ਰਹੇ ਅੱਛਾ ਯਾਰ ਦਾਰੂ ਪੀਂਦੇ ਆ ਰੈਗੂਲਰ ਨਹੀਂ ਇਹਦੇ ਵਿੱਚ ਕਿੰਨੀ ਸੱਚਾਈ ਹੈ ਫਰਕ ਜੀ ਨਹੀਂ ਆਪਾਂ ਤਾਂ ਨਹੀਂ ਆਪਾਂ ਬਹੁਤ ਸ਼ੁੱਧ ਵੈਸ਼ਨੂੰ ਕਰਦੇ ਹਾਂ ਜੀ ਆਪਾਂ ਪਾਣੀ ਵੀ ਪੁਣ ਕੇ ਪੀਂਦਾ ਵਾ ਲੰਬਾ ਮੁੰਡਾ ਹਨਾ ਛੋਟੀ ਕੁੜੀ ਨਾਲ ਵਿਆਹ ਕਰਾ ਲਓ ਹਨਾ ਪਰ ਲੰਬੀ ਕੁੜੀ ਛੋਟੇ ਮੁੰਡੇ ਨਾਲ ਵਿਆਹ ਨਹੀਂ ਕਰਾਊ ਅਮੀਰ ਬੰਦਾ ਹਨਾ ਗਰੀਬ ਕੁੜੀ ਨਾਲ ਵਿਆਹ ਕਰਾ ਲਊ ਪਰ ਅਮੀਰ ਕੁੜੀ ਗਰੀਬ ਬੰਦੇ ਨਾਲ ਵਿਆਹ ਨਹੀਂ ਮੰਨ ਲਓ ਵੀ ਕੋਈ ਮੰਤਰੀ ਕਵੇ ਵੀ ਤੈਨੂੰ ਨੌਕਰੀ ਚਾਹੀਦੀ ਹੈ ਜਾਂ ਨਸ਼ਾ ਮੁਕਤ ਪੰਜਾਬ ਚਾਹੀਦਾ ਮੈਂ ਨਸ਼ਾ ਮੁਕਤ ਪੰਜਾਬ ਮੰਗੂਗਾ ਮੈਂ ਨੌਕਰੀ ਦੀ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਜਿੰਨੇ ਕਹਿਣੇ ਵੀਡੀਓ ਦੇਖਦੇ ਹੋ ਵੀ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਜਿਹੜੀਆਂ ਅੱਜ ਦੀਆਂ ਰੌਣਕਾਂ ਨੇ ਜੀ ਉਹ ਲੱਗਣੀਆਂ ਸ਼ਹਿਰ ਮੋਗੇ ਦੇ ਵਿੱਚ ਇੰਸਟੀਚਿਊਟ ਦਾ ਨਾਮ ਹੈ ਜੀ ਰਾਈਟ ਵੇਲਿੰਗ ਇੰਸਟੀਚਿਊਟ ਹੈ ਮੋਗੇ ਵਿੱਚ ਪੈਂਦਾ ਸੁਬਿਰ ਦੀ ਸ਼ੁਰੂਆਤ ਕਰਦੇ ਹਾਂ ਬੱਚਨਾਂ ਦੁਆਰਾ ਫੇਰ ਗੱਲਬਾਤ ਕਰਦੇ ਹਾਂ ਸਾਲ ਤਾਂ ਲੱਗ ਹੀ ਜਾਊਗਾ ਇਹ ਫਾਰੂਕ ਦੀ ਦੁਆਰੇ ਫੇਰ ਪੁੱਛਣਾ ਸਵਾਲ ਜਾਓ ਫਾਰੂਕ ਜੀ 11 ਵਜੇ ਕਿਉਂ ਜਾਂਦਾ ਵੀ ਯਾਰ ਪੜ੍ਹਾਈ ਦੀ ਤਰ੍ਹਾਂ ਮਨ ਨਹੀਂ ਲੱਗਦਾ ਕਿਉਂ ਨਹੀਂ ਪੜ੍ਹ ਕੇ ਰਾਜ ਤੂੰ ਸੱਚ ਦੱਸ ਪੜ੍ਹਾਈ ਦੇ ਮਨ ਤਾਂ ਲੱਗਦਾ ਮਨ ਹੋਰ ਵੀ ਕਿਤੇ ਲਾਉਣਾ ਹੁੰਦਾ ਗੱਲਾਂ ਪੜ੍ਹਾਈ ਦੀ ਥੋੜੀ ਲਾਈ ਜਾਈ ਇਹ ਤੇਰੀ ਗੱਲ ਪੁਆਇੰਟ ਵਾਲੀ ਹੈ ਕਿੰਨੇ ਹਾਂ ਤੇ ਬੰਦੇ ਨੇ ਆਪਦਾ ਹੀ ਨਾ ਸੋਚਿਆ ਤੇ ਫਿਰ ਕੀ ਦਾ ਸੋਚਿਆ ਹਾਂ ਹੁਣ ਤੂੰ ਕਿਹਦੇ ਬਾਰੇ ਸੋਚਦਾ ਬੰਦੇ ਬਾਰੇ ਸੋਚਦਾ ਜਾਂ ਬੰਦੀਆਂ ਬਾਰੇ ਸੋਚਦਾ ਮਤਲਬ ਕਿ ਮੈਂ ਸ਼ਡਿਊਲ ਜ਼ਿਆਦਾ ਬਿਜ਼ੀ ਹੈ ਤੇਰਾ ਕਿਉਂ ਨਹੀਂ ਪੜਦਾ ਉਹ ਗਾਣਾ ਨਹੀਂ ਸੁਣਿਆ ਪੁੱਛਿਆ ਨਾ ਕਰ ਸਾਡਾ ਸਕੇਜੂਲ ਨਹੀਂ ਯਾਰ ਦਾਰੂ ਪੀਂਦੇ ਆ ਰੈਗੂਲਰ ਨਹੀਂ ਹੁਣ ਤੂੰ ਮੈਨੂੰ ਕੁੜੀ ਬਣਾ ਕੇ ਕਹਿ ਰਿਹਾ ਓਏ ਅੱਛਾ ਯਾਰ ਦਾਰੂ ਪੀਂਦੇ ਆ ਰੈਗੂਲਰ ਨਹੀਂ ਇਹਦੇ ਵਿੱਚ ਕਿੰਨੀ ਸੱਚਾਈ ਹੈ ਫਾਰੂਕ ਜੀ ਨਹੀਂ ਆਪਾਂ ਤਾਂ ਨਹੀਂ ਆਪਾਂ ਬਹੁਤ ਸ਼ੁੱਧ ਵੈਸ਼ਨੂੰ ਬੰਦੇ ਆ ਜੀ ਆਪਾਂ ਪਾਣੀ ਵੀ ਪੁਣ ਕੇ ਪੀਂਦਾ ਵਾ ਦੁੱਧ ਵੀ ਨਹੀਂ ਪੀਂਦਾ ਪਰ ਤੁਹਾਨੂੰ ਪਤਾ ਹੀ ਹੈ ਦੁੱਧ ਵੀ ਨਹੀਂ ਪੀਂਦਾ ਪਾਣੀ ਪੁਣ ਕੇ ਪੀਂਦਾ ਹਾਂ ਜੀ ਮਤਲਬ ਕੱਪੜੇ ਪਾ ਮੈਂ ਬਾਹਰ ਚਲੇ ਗਿਆ ਹਨਾ ਤੇ ਇਹਨਾਂ ਨੂੰ ਥੋੜੀ ਇੱਥੇ ਰੋਲਣ ਦਊਂਗਾ ਮੈਂ ਇਹਨਾਂ ਵੱਲ ਤਾਂ ਧਿਆਨ ਦਊਂਗਾ ਜੇ ਮੈਂ ਕੁਝ ਬਣਿਆ ਤਾਂ ਮੈਂ ਆਪਣੇ ਯਾਰਾਂ ਵੱਲ ਵੀ ਦੇਖੂੰਗਾ ਜੀ ਇਹ ਤਾਂ ਗੱਲ ਹੈਗੀ ਹੈ ਪਰ ਇਹ ਨਾ ਜਨਾਨੀ ਬਾਰੀ ਕਰਦੇ ਇਥੋਂ ਗੁੱਸਾ ਆ ਜਾਂਦਾ ਇੱਕ ਮੁੰਡਾ ਹੀ ਕਰਦਾ ਤੂੰ ਕਿਹੜਾ ਨਹੀਂ ਕਰਦਾ ਮੈਂ ਨਹੀਂ ਕਰਦਾ ਓਏ ਤੂੰ ਮੇਰੇ ਦਿਆ ਜਿੰਨਾ ਬਾਬਾ ਭਲੀ ਕਰੇ ਗੱਲ ਹੋਰ ਕਰਦੇ ਆ ਤੇ ਨਹੀਂ ਯਾਰ ਉਹ ਕਹਿੰਦੇ ਬੜਾ ਹੁੰਦੇ ਆ ਵੀ ਯਾਰ ਬਾਹਰ ਜਾ ਕੇ ਤਾਂ ਯਾਰ ਬੰਦਾ ਬਦਲ ਜਾਂਦਾ ਹੈ ਵੀ ਉਹ ਗੱਲਬਾਤ ਰਹਿੰਦੀ ਉਹ ਗੱਲਬਾਤ ਸਾਡੀ ਚ ਹੈ ਨਹੀਂ ਨਹੀਂ ਅਸੀਂ ਜੇ ਬਦਲਣਾ ਹੁੰਦਾ ਸੀ ਇੱਥੇ ਇਹ ਮੇਰੇ ਬਚਪਨ ਦੇ ਯਾਰ ਦੋਸਤ ਆ ਜੀ ਸਕੂਲੇ ਇਕੱਠੇ ਪੜ੍ਹਦੇ ਜੀ ਲੜਾਈ ਵੀ ਇਕੱਠੇ ਕੀਤੀ ਆ ਸਾਰਾ ਕੁਝ ਇਕੱਠੇ ਕੀਤਾ ਅੱਜ ਇਕੱਠੇ ਬੈਠੇ ਆ ਫਿਰ ਇਕੱਠੇ ਕਰਾਉਂਗੇ ਸਾਰਾ ਕੁਝ ਇਕੱਠੇ ਹੀ ਹੋਊਗਾ ਜੀ ਐ ਨਹੀਂ ਕਿ ਗੱਲੇ ਗੱਲੇ ਸਾਨੂੰ ਮਾਰਨਾ ਨਾ ਸਾਡੀ ਡੈਡ ਬੋਡੀ ਵੀ ਇਕੱਠੀ ਕਰਕੇ ਉਹਨਾਂ ਨੇ ਸਾੜਨੀ ਆ ਹਾਏ ਹਾਏ ਨਾ ਰੱਬ ਕਿਉਂ ਮਾਰਿਆ ਅਸੀਂ ਪਹਿਲਾਂ ਪਤਾ ਕੀ ਕਹਿੰਦੇ ਹੁੰਦੇ ਸੀ ਜੇ ਅਸੀਂ ਮੋਟਰਸਾਈਕਲ ਤੇ ਹੁੰਦੇ ਸੀ ਤਿੰਨ ਜਣੇ ਹੁੰਦੇ ਸੀ ਮੈਂ ਇਹ ਤੇ ਇੱਕ ਮੇਰੇ ਯਾਰ ਹੁੰਦਾ ਸੀ ਗੁਰਮਣ ਸੀ ਇਹ ਕਹਿਣਾ ਮਰਨਾ ਹੀ ਇਕੱਠੇ ਨਹੀਂ ਮਰਨਾ ਭਾਵੇਂ ਮੋਟਰਸਾਈਕਲ ਹੁਣੇ ਐਕਸੀਡੈਂਟ ਹੋਏ ਗੱਡੀ ਥੱਲੇ ਆ ਜਾਈ ਪਰ ਮਰੀਏ ਇਕੱਠੇ ਤੈਨੂੰ ਨਾ ਨਾ ਮੈਂ ਇਸ ਤਾਂ ਇਹੀ ਦੁਆ ਕਰਦਾ ਨਹੀਂ ਨਹੀਂ ਯਾਰੀ ਤੁਸੀਂ ਕਹਿੰਦੇ ਨਾ ਐ ਕਰਕੇ ਹੀ ਤਾਂ ਇੰਨਾ ਸੋਚਦੇ ਨਹੀਂ ਨਹੀਂ ਯਾਰੀ ਥੋੜੀ ਮਾੜਾ ਫੋਨ ਲਾਈਏ ਕਿ ਹਾਂ ਵੀ ਇਹ ਚੱਕਰ ਪੈ ਗਿਆ ਐ ਕੋਈ ਮੈਂ ਕਹਿੰਦਾ 5 ਮਿੰਟ ਸੋਲੂਸ਼ਨ ਨਾ ਹੋਵੇ ਨਾ ਮੇਰੇ ਨਾਲ ਫਾਰੂਕ ਨਹੀਂ ਐਵੇਂ ਦੇ ਯਾਰ ਐ ਜੀ ਇੱਥੇ ਇੱਕ ਸਵਾਲ ਜਿਹਾ ਬਣਦਾ ਵੀ ਕਹਿੰਦੇ ਵੀ ਜੇ ਚਲੋ ਕੋਈ ਦੋ ਜਣੇ ਆਪਾਂ ਮੈਰਿਜ ਹੀ ਕਰ ਲਈ ਕੁੜੀ ਮੁੰਡੇ ਦੀ ਜਦੋਂ ਮੈਰਿਜ ਹੁੰਦੀ ਹੈ ਨਾ ਆਪਾਂ ਦੇਖਦੇ ਆ ਵੀ ਯਾਰ ਮੁੰਡੇ ਦੀ ਹਰ ਇੱਕ ਚੀਜ਼ ਦੇਖਦੇ ਆ ਮੁੰਡਾ ਕੀ ਕੁਆਲੀਫਿਕੇਸ਼ਨ ਹੈ ਕੀ ਬੰਦੇ ਦਾ ਬੈਕਗ੍ਰਾਉਂਡ ਹੈ ਕੀ ਜ਼ਮੀਨ ਆਉਂਦੀ ਹੈ ਹਾਂਜੀ ਵੀ ਚੱਲ ਜੇ ਕੁੜੀ ਕੋਲ ਨਹੀਂ ਵੀ ਹੋਊਗਾ ਤਾਂ ਵੀ ਪੋਸੀਬਲ ਹੋ ਜਾਂਦਾ ਹੈ ਮੈਂ ਤੁਹਾਨੂੰ ਦੱਸਦਾ ਛੋੜਾ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਤੇ ਯਾਰ ਦੇਖੋ ਕੁੜੀ ਦਾ ਤੁਸੀਂ ਗੱਲ ਕੀਤੀ ਹੈ ਨਾ ਲੰਬਾ ਮੁੰਡਾ ਹੈ ਨਾ ਛੋਟੀ ਕੁੜੀ ਨਾਲ ਵਿਆਹ ਕਰਾ ਲੂ ਹੈ ਨਾ ਪਰ ਲੰਬੀ ਕੁੜੀ ਛੋਟੇ ਮੁੰਡੇ ਨਾਲ ਵਿਆਹ ਨਹੀਂ ਕਰਾਊਗੀ ਅਮੀਰ ਬੰਦਾ ਹੈ ਨਾ ਗਰੀਬ ਕੁੜੀ ਨਾਲ ਵਿਆਹ ਕਰਾ ਲੂ ਪਰ ਅਮੀਰ ਕੁੜੀ ਗਰੀਬ ਬੰਦੇ ਨਾਲ ਵਿਆਹ ਨਹੀਂ ਕਰਾਊਗੀ ਕੀ ਗੱਲ ਕੀ ਹੈ ਇਹ ਦੁਨੀਆਂ ਦੀ ਰੀਤ ਆ
ਰੱਬ ਨੇ ਇਹਨਾਂ ਚ ਪਤਾ ਨੀ ਕੁਛ ਹੋਰ ਪਾਇਆ, ਆਪਣੇ ਚ ਕੁਛ ਹੋਰ ਪਾਇਆ। ਘਰ ਪਰਿਵਾਰ ਦਾ ਰੁਟੀਨ ਕਿੱਦਾਂ ਦਾ ਬਣਿਆ ਪਿਆ ਹੁਣ? ਵਧੀਆ ਬਈ ਰੁਟੀਨ। ਕਿਵੇਂ, ਕੋਈ ਗਾਲਾਂ ਗੁਲਾਂ ਪਈਆਂ ਹੁਣ ਤੱਕ? ਮੰਨ ਚਲੋ ਕੋਈ ਏਦਾਂ ਦਾ ਸੀਨ ਹੋਵੇ ਜਿਹਦੇ ਗਾਲਾਂ ਗੁਲਾਂ ਪਈਆਂ ਹੁਣ ਤਾਜ਼ੀਆਂ ਤਾਜ਼ੀਆਂ, ਕਿ ਪੈਂਦੀਆਂ ਰਹਿੰਦੀਆਂ ਨੇ? ਨਹੀਂ, ਗਾਲਾਂ ਨਹੀਂ ਪੈਂਦੀਆਂ, ਡਾਂਗਾ ਪੈਂਦੀਆਂ ਨੇ ਸਿੱਧਾ। ਹਾਂ, ਡਾਂਗਾ ਹੈਂ। ਮੰਨ ਲਈ ਤੇਰੀ ਬਾਪੂ ਜ਼ਿਆਦਾ? ਬਾਪੂ ਬੇਬੇ ਬੇਬੇ ਬਾਪੂ ਹੈਂ। ਹਾਂ, ਹੋ ਜਾਂਦਾ ਬਈ ਹਲੇ ਵੀ ਡੇਲੀ। ਹਾਂ, ਨਹੀਂ ਡੇਲੀ ਨਹੀਂ। ਪਰਮਾਤਮਾ ਰੱਬ ਕਰੇ ਵੀ ਤੇਰੇ 'ਚ ਕੋਈ ਸ਼ਕਤੀ ਆ ਜੀ ਤਕੜੇ ਲੈਵਲ ਵਾਲੀ, ਵੀ ਤੂੰ ਕੁਛ ਵੀ ਕਰ ਸਕਦਾ। ਕਿੱਥੇ ਕਿੱਥੇ ਲਾਏਗਾ ਉਹਨੂੰ? ਮੈਂ ਬਈ ਜੇ ਮੇਰੇ 'ਚ ਸ਼ਕਤੀ ਆਊਗੀ ਨਾ, ਮੈਂ ਪੰਜਾਬ 'ਚ ਨਸ਼ਾ ਮੁਕਾਊਂਗਾ। ਕਿਆ ਬਾਤ ਹੈ, ਮੈਨੂੰ ਸਾਰਿਆਂ ਨਾਲ ਮੁੱਦਾ ਜਿਹੜਾ ਭੈੜਾ ਇੱਥੋਂ ਦਾ ਲੱਗਦਾ। ਜੇ ਮੈਂ ਹੋਵਾਂ ਨਾ, ਮੈਨੂੰ ਕੋਈ ਕਵੇ, ਮੰਨ ਲਓ ਵੀ ਕੋਈ ਮੰਤਰੀ ਕਵੇ ਵੀ ਤੈਨੂੰ ਨੌਕਰੀ ਚਾਹੀਦੀ ਹੈ ਜਾਂ ਨਸ਼ਾ ਮੁਕਤ ਪੰਜਾਬ ਚਾਹੀਦਾ, ਮੈਂ ਨਸ਼ਾ ਮੁਕਤ ਪੰਜਾਬ ਮੰਗੂਗਾ, ਮੈਂ ਨੌਕਰੀ ਦੀ ਮੰਗ। ਬਹੁਤ ਸੋਹਣੀ ਸੋਚ ਹੈ, ਤਾੜੀ ਲਾਓ ਇਸ ਗੱਲ ਲਈ। ਮਤਲਬ ਨੌਕਰੀ ਦਾ ਬਾਈ ਮੈਂ ਆਪੇ ਲੈ ਲੂੰਗਾ, ਆਪਦੇ ਦਮ ਤੇ ਆਪੇ ਕਮਾ ਲੂੰਗਾ। ਯਾਰ ਚੱਲ, ਆਪਾਂ ਨੇ ਵੀ ਨਸ਼ੇ ਵਾਸਤੇ ਕਹਿੰਦੇ ਵੀ ਅਸੀਂ ਵੀ ਚਾਹੁੰਦੇ ਵੀ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ, ਨਸ਼ਾ ਕੋਈ ਕਰੇ ਨਾ। ਇੰਨਾ ਕਿਉਂ ਮਨ ਆਇਆ ਹੁੰਦਾ ਵੀ ਯਾਰ ਮੈਂ ਨਹੀਂ ਨਸ਼ਾ ਖਤਮ ਹੀ ਕਰਨਾ? ਕੋਈ ਕਿੱਸਾ, ਕੋਈ ਮਨ ਚ ਕੋਈ ਵਾਪਰੀ ਹੋਵੇ ਗੱਲਬਾਤ ਕੋਈ ਏਦਾਂ ਦੀ ਜਿਹੜੀ ਤੇਰੇ ਦਿਲ ਚ ਆਉਂਦੀ ਵੀ ਤੈਨੂੰ ਵੀ ਯਾਰ ਆਹ ਚੀਜ਼ ਕਰਕੇ ਵੀ ਨਸ਼ੇ ਨੇ ਕਰਕੇ ਐਂ ਕਰਤਾ? ਆਪਾਂ ਕਹਿੰਦੇ ਬੰਦਾ ਨਹੀਂ, ਆਪਣੀ ਜ਼ਿੰਦਗੀ ਚ ਕਦੇ ਨੀ ਆਇਆ, ਨਾ ਕਦੇ ਹੋਣਾ ਬਾਬੇ ਦੀ ਮਿਹਰ ਨਾਲ। ਚੰਗੀ ਗੱਲ ਹੈ, ਚੰਗੀ ਗੱਲ ਹੈ। ਜਿਵੇਂ ਕਈ ਫਰੈਂਡ ਸਰਕਲ ਚ ਹੁੰਦੇ ਆ ਨਾ, ਤਾਂ ਉਹਨਾਂ ਨੂੰ ਦੇਖੀਦਾ ਤਾਂ ਬੁਰਾ ਲੱਗਦਾ ਥੋੜਾ ਜਿਹਾ। ਪਹਿਲਾਂ ਨੀ ਲੱਗਦਾ ਸੀ ਨਾ, ਜਦੋਂ ਫਰੈਂਡ ਸਰਕਲ ਚ ਕੋਈ ਕਰਨ ਲੱਗ ਜੇ ਇੱਕ ਦੋ ਵਾਰੀ ਆਪਾਂ ਕਹੀਦਾ, ਅਗਲਾ ਫਿਰ ਜਦੋਂ ਕਈ ਵਾਰੀ ਬੰਦੇ ਐਂ ਕਹਿਣ ਲੱਗ ਜਾਂਦੇ ਆ, ਮੂੰਹ ਤੇ ਨੀ ਕਹਿੰਦੇ ਪਿੱਠ ਤੇ ਕਹਿ ਦਿੰਦੇ ਆ, ਤੇਰੇ ਕਿਹੜੇ ਪੈਸੇ ਦੇ ਕਰਦੇ। ਪਰ ਬਈ ਆਪਾਂ ਅਗਲੇ ਦਾ ਚੰਗਾ ਹੀ ਸੋਚਦੇ, ਉਹਨੂੰ ਅਗਲੇ ਨੂੰ ਬੁਰਾ ਲੱਗਦਾ। ਬਈ ਰੌਲਾ ਇਹ ਆ, ਜੇ ਪਿੰਡ ਵਾਲੇ ਫੜਾ ਦਿੰਦੇ ਆ, ਪੁਲਿਸ ਵਾਲੇ ਛੱਡ ਦਿੰਦੇ। ਸਾਰੀ ਰਲਮੀ ਮਿਲਮੀ ਆ। ਉੱਤੋਂ ਫੋਨ ਆ ਜਾਂਦੇ, ਮੰਤਰੀਆਂ ਦੇ ਫੋਨ ਆ ਜਾਂਦੇ, ਮੰਤਰੀ ਫੋਨ ਕਰ ਦਿੰਦੇ, ਬੰਦੇ ਛੜਾ ਦਿੰਦੇ। ਬਹੁਤ ਸੋਹਣੀ ਸੋਚ ਹੈ, ਮੇਰਾ ਭਰਾ ਜ਼ਰੂਰ ਤਰੱਕੀਆਂ ਬਖਸ਼ੇ। ਇੱਕ ਬਾਈ ਤੁਹਾਡੇ ਤੋਂ ਸਵਾਲ ਪੁੱਛੂੰਗਾ। ਇੱਕ ਆਪਣਾ ਪੰਜਾਬ ਦੇ ਸਰਦਾਰ ਮੁੰਡੇ ਬਾਹਰ ਜਾਂਦੇ ਆ, ਚੰਗੀ ਗੱਲ ਆ, ਜਾਣਾ ਚਾਹੀਦਾ ਹਰੇਕ ਨੂੰ, ਆਪਣਾ ਭਵਿੱਖ ਜਿਹੜਾ ਦਿਖਦਾ। ਇੱਕ ਬੜਾ ਹੁਣਾ ਚੱਲਿਆ ਹੋਇਆ ਵੀ ਜਾ ਕੇ ਜੂੜਾ ਕਟਾ ਆਉਂਦੇ ਆ, ਵੀ ਪਤਾ ਨੀ ਕਿੱਡਾ ਕੁ ਫਿਰ ਰੀਲਾਂ ਪਾਉਂਦਾ ਵੀ ਯਾਰ ਰਸਤਾ ਸਟਾਰ ਬਣ ਗਏ, ਜੂੜਾ ਕਟਾਤਾ ਬਾਹਰ, ਮਤਲਬ ਜਦੋਂ ਮਾਂ ਪਿਓ ਤੋਂ ਦੂਰ ਹੋ ਜਾਂਦੇ ਆ, ਫਿਰ ਇਹ ਚੀਜ਼ ਕਰਦੇ। ਇਹ ਮੰਨ ਕੇ ਚਲੋ ਵੀ ਜੂੜਾ ਕਟਾਉਣਾ ਕੋਈ ਬਹਾਦਰ ਵਾਲੀ ਗੱਲ ਹੋਗੀ ਵੀ ਯਾਰ ਵੀ ਹਾਂ ਜੂੜਾ ਕਟਾ ਕੇ ਜਾਂ ਐਂ ਹੁੰਦਾ ਵੀ ਅਸੀਂ ਸੋਹਣੇ ਲੱਗਦੇ ਹਾਂ? ਨਾ, ਵੀ ਬਹਾਦਰੀ ਵਾਲੀ ਗੱਲ ਆ ਨਾ ਸੋਹਣੇ ਲੱਗਣ ਵਾਲੀ, ਉਹ ਕਲਚਰ ਹੀ ਉਹੋ ਜਿਹਾ ਹੋ ਜਾਂਦਾ। ਉੱਥੇ ਜਿਵੇਂ ਸਾਡੇ ਵੀ ਬਾਹਰ ਗਏ, ਉਹਨਾਂ ਨੇ ਵੀ ਕਟਾਇਆ ਜਾ ਕੇ ਕਹਿ ਦਿੰਦੇ ਵੀ ਫੂਡ ਚ ਨੀ ਵਾਲ ਆਉਣਾ ਚਾਹੀਦਾ ਜਾਂ ਹੋਰ ਕਿਤੇ ਵੀ ਕਾਸ ਵੀ ਚੀਜ਼ ਚ ਵਾਲ ਨੀ ਉੱਧਰ ਚੱਲਦਾ ਗਾ। ਆਪਣੇ ਤਾਂ ਇੱਧਰ ਪਾ ਪੂ ਦਿੰਦੇ ਸਬਜ਼ੀ ਭਾਜੀ ਸਾਰੇ ਵਾਲ। ਉਹ ਮੈਂ ਕੁਛ ਹੋਰ ਪੁੱਛਦਾ ਨਹੀਂ ਬਾਈ, ਵੈਸੇ ਮਤਲਬ ਇਹ ਇੱਕ ਵੱਡਾ ਰੀਜ਼ਨ ਬਣਿਆ ਤੇਰੇ ਅਕੋਰਡਿੰਗ ਬਈ? ਹੈ ਚਲੋ, ਇਹ ਵੀ ਚੀਜ਼ ਥੋੜੀ ਜਾਇਆ ਜਾ ਗਈ। ਬਾਹਰੇ ਹੀ ਖਾਣਾ ਜ਼ਿਆਦਾਤਰ ਮਾਨਾ, ਜਦੋਂ ਕੋਈ ਮੌਕਾ ਮਿਲਦਾ ਖਾਣ ਦਾ, ਕੋਈ ਯਾਰ ਮਿੱਤਰ ਦੇ ਬਰਥਡੇ ਵੇਲੇ ਕੀ ਕਹਿੰਦਾ ਨਾ ਵੀ ਬਈ ਯਾਰ ਆਹ ਚੀਜ਼ ਮੰਗਾਓ? ਪਿੰਡ ਛੋੜਾ ਕਰਕੇ ਬਰਥਡੇ ਘੱਟ ਹੁੰਦੇ ਜਿਹੜੇ ਬਾਹਰ ਉੱਡ ਗਏ ਜਿਹੜੇ ਸੀਗੇ। ਅੱਛਾ, ਪਿੰਡ ਛੋਟਾ ਕਰਕੇ ਬਰਥਡੇ ਘੱਟ ਆਉਂਦੇ ਆ, ਬਾਕੀ ਉਹ ਘਰ ਦੇ ਜਾਣ ਨਹੀਂ ਦਿੰਦੇ ਕਿਤੇ ਕੰਮ ਜਾਵੇ। ਕਿੰਨਾ ਕਿੰਨਾ ਕਿੰਨੀ ਵੋਟ ਹੈ ਪਿੰਡ ਦੀ, ਵੋਟ ਕਿੰਨੀ? ਜਿਹੜਾ ਉਰੇ ਇੱਧਰ ਪਿੰਡ 300 ਵੋਟ ਆ, ਜਾਨੀ ਕਿ ਹਜੇ ਪਿੰਡ ਬਣਿਆ ਨਹੀਂ, ਪਿੰਡ ਬਣਾਉਣਾ ਅੱਜ ਚੱਲੀ ਜਾਂਦਾ ਕਾਗਜ਼ਾਂ ਪੱਤਰਾਂ ਦੇ। ਅੱਛਾ, ਚੱਲੀ ਜਾਂਦਾ ਪਿੰਡ? ਹਾਂਜੀ, ਪ੍ਰੋਸੈਸਿੰਗ ਚ। ਪਿੰਡ ਚ ਫਿਰ ਸਰਪੰਚ ਦੀਆਂ ਵੋਟਾਂ ਮਿਲਦੀਆਂ ਹੋਣਗੀਆਂ ਫਿਰ ਥੋੜੀ? ਨਹੀਂ, ਸਭ ਸ਼ਾਂਤੀ ਚੱਲਦੀ ਹੈ 15 ਸਾਲ। ਪਿੰਡ ਦੀਆਂ ਖਾਸ ਗੱਲਾਂ ਕਿਹੜੀਆਂ ਨੇ ਵੀ ਮੇਰੇ ਪਿੰਡ ਦੀ ਆਹ ਖਾਸ ਗੱਲ ਹੈ? ਹਜੇ ਤਾਂ ਕੋਈ ਬਣੀ ਨਹੀਂ ਦਿਖਾਈ। ਨਹੀਂ ਹੁੰਦਾ ਨੀ ਵੀ ਮੈਂ ਤਾਂ ਆਪਦੇ ਪਿੰਡ ਬਾਰੇ ਬੋਲਣਾ, ਜੋ ਵੀ ਤੇਰੇ ਪਿੰਡ ਚ ਚੀਜ਼ਾਂ ਹੈਗੀਆਂ ਉਹਨਾਂ ਬਾਰੇ ਬੋਲਣਾ, ਇੱਕ ਮਿੰਟ ਲਈ ਬੋਲਣਾ ਪਿੰਡ ਬਾਰੇ, ਆਪਦੇ ਪਿੰਡ ਬਾਰੇ ਰੁਕਣਾ ਨੀ ਬਸ। ਮੇਰੇ ਪਿੰਡ ਚ ਹੈ ਨੀ ਖਾਸ ਗੱਲ ਕੋਈ, ਜੋ ਇੱਕ ਗਲੀ ਚ ਵੜਦਾ ਉੱਥੇ ਮੌਕੇ ਆਉਂਦੀ, ਦੂਜੀ ਗਲੀ ਚ ਖਾਸ ਗੱਲ ਕੋਈ। ਮੈਂ ਇੱਕ ਸਿੱਧੀ ਸੜਕ ਜਾਂਦੀ ਉੱਥੇ 4-5 ਘਰ ਆ, ਤੇ ਇੱਕ ਇੱਧਰ ਨੂੰ ਜਾਂਦੀ ਉੱਥੇ 4-5 ਘਰ ਆ। ਮਤਲਬ ਇੱਕ ਗਲੀ ਚ 4-5 ਘਰ ਹੀ ਆਉਂਦੇ ਆ? ਹਾਂਜੀ, ਜ਼ਿਆਦਾਤਰ ਇੱਕ ਫੈਮਿਲੀ ਬਾਹਲੀ ਵੱਡੀ ਆ, 15-16 ਜਾਣੇ ਆਪਦੇ ਘਰ ਦੀ, ਫਿਰ ਸਲਾਮੀ ਦੋ ਜਾਣੇ ਪਾਉਂਦੇ ਹੋਣਗੇ? ਨਹੀਂ ਨਹੀਂ, ਸਲਾਮੀ ਪਾਉਣ ਵਾਲੇ ਜਾਣੀ ਕਿ
ਮੰਮੀ ਡੈਡੀ ਚਾਚਾ ਤੇ ਚਾਚੀ ਦਾਦੀ ਪੰਜ ਜਣੇ ਤਾਂ ਹੋ ਗਏ ਕਦੇ ਸੋਲਾਂ ਤੇ ਸੋਲਾਂ ਕਦੇ ਇੱਕ ਵਿਆਹ ਚ ਗਏ ਹੋ ਹਾਂਜੀ ਸਾਰੇ ਜਾਣੇ ਇਕੱਠੇ ਆ ਇਕੱਠੇ ਵੱਡੀ ਗੱਡੀ ਕਰਾਉਣੀ ਪੈਂਦੀ ਉਹ ਵੀ ਇਹ ਆਪਦੀਆਂ ਗੱਡੀਆਂ ਘਰੇ ਨੇ ਭੈ ਜੀ ਗੱਲ ਨਹੀਂ ਬੰਦੇ ਅਮੀਰ ਆ ਸਾਡੇ ਅੱਛਾ ਇਹ ਹੈਗੀ ਹਾਂ ਗੱਡੀਆਂ ਘਰੇ ਆ ਇਕੱਠੀ ਸੋਲਾਂ ਤੇ ਸੋਲਾਂ ਜਾਣੇ ਫਿਰ ਸੋਲਾਂ ਬਾਅਦ ਵੀ ਜਾਂਦੇ ਵੀਹ ਵੀ ਹੋ ਜਾਈ ਬਾਕੀ ਕਿਸੇ ਲੈ ਕੇ ਵਿਚਾਰਾ ਹੈਂ ਸਾਰੇ ਗਣਾ ਡਰਨ ਆਰਾਮ ਨਾਲ ਪਹਿਲਾਂ ਸਟਾਰਟਿੰਗ ਜਾਣ ਦੇ ਦਸ ਜਣੇ ਇੱਥੇ ਆ ਜੀ ਉਹ ਕੱਲਾ ਕੱਲਾ ਗਣਾ ਦਾਦੀ ਪਹਿਲਾਂ ਦਾਦੀ ਹਾਂਜੀ ਡੈਡੀ ਤੇ ਮੰਮੀ ਡੈਡੀ ਤੇ ਮੰਮੀ ਠੀਕ ਹੈ ਚਾਚਾ ਤੇ ਚਾਚੀ ਤੇ ਅਸੀਂ ਚਾਰ ਸੋਚਦੇ ਹੋ ਰੱਬ ਨਾਲ ਗੱਲ ਹੋਣੀ ਰੱਬ ਕੀ ਕਹਿੰਦਾ ਫਿਰ ਰੱਬ ਨੇ ਬਹੁਤ ਮਹਿਤਾ ਕੱਢੀ ਨਹੀਂ ਚਾਹੁੰਦਾ ਕੀ ਗੱਲ ਆ ਵੀ ਤੂੰ ਪਾਪ ਪੂਜਾ ਦੇ ਕਰਦਾ ਰੱਬ ਤੇਰੀ ਸੁਣਦਾ ਨੀ ਗੱਲ ਕੀ ਹੈ ਪਤਾ ਨੀ ਕਿੱਥੇ ਗਰਾਰੀ ਪਈ ਕਿੱਥੇ ਡੰਗਰ ਪਸ਼ੂ ਹੋਣੇ ਘਰੇ ਵਾਧੂ ਵਾਧੂ ਕਿੰਨੇ ਡੰਗਰ ਪਸ਼ੂ ਹੈ ਕੁੜੀਆਂ ਦੀਆਂ ਖਾਸ ਖਾਸ ਗੱਲਾਂ ਕੀ ਹੁੰਦੀਆਂ ਵੀ ਕੁੜੀਆਂ ਇਸ ਗੱਲੋਂ ਵਧੀਆ ਹੁੰਦੀਆਂ ਐਸ ਕੰਪੇਅਰ ਟੂ ਮੁੰਡਿਆਂ ਨਾਲ ਕੁੜੀਆਂ ਵੈਸੇ ਹੀ ਵਧੀਆ ਹੁੰਦੀਆਂ ਮੁੰਡੇ ਨਾਲ ਆਸ਼ਾ ਆਪਦੀ ਤਾਰੀਫ ਬੜਾਈ ਦੀ ਭੁੱਖੀ ਏ ਘਰਦਿਆਂ ਨੂੰ ਵੀ ਜ਼ਿਆਦਾ ਪਿਆਰ ਕਰਦੀਆਂ ਨੇ ਮੁੰਡਿਆਂ ਦੇ ਕੰਪੇਅਰ ਅੱਛਾ ਮਤਲਬ ਕੁੜੀਆਂ ਆ ਮਿੱਤਰੋ ਆ ਗੱਲ ਕੀਤਾ ਕੁੜੀ ਨੇ ਦੁਬਾਰਾ ਦੱਸੋ ਮਾੜਾ ਵੀ ਕੁੜੀਆਂ 'ਚ ਖਾਸ ਗੱਲਾਂ ਕੀ ਹੁੰਦੀਆਂ ਨੇ ਘਰਦਿਆਂ ਦਾ ਜ਼ਿਆਦਾ ਕਰਦੀਆਂ ਮੁੰਡਿਆਂ ਦੇ ਕੰਪੇਅਰ ਅੱਛਾ ਵੀ ਮੁੰਡੇ ਘੱਟ ਕਰਦੇ ਆ ਕੁੜੀਆਂ ਜ਼ਿਆਦਾ ਕਰਦੀਆਂ ਨੇ ਹਾਂਜੀ ਕਿਵੇਂ ਕਹਿ ਸਕਦੇ ਹੋ ਮੁੰਡਿਆਂ ਨੇ ਸਾਰੀ ਉਮਰ ਕਰਨਾ ਕੁੜੀਆਂ ਨੇ ਕਿੱਥੇ ਹੋਮਜੀ ਕਰਨਾ ਹਾਂ ਤਾਂ ਪੁੱਛਦੇ ਆ ਹਾਂਜੀ ਵੀ ਆਹ ਗੱਲ ਆ ਵੀ ਅਸੀਂ ਐਂ ਕੁੜੀਆਂ ਤਾਂ ਵੱਧ ਕਰਦੀਆਂ ਵੈਸੇ ਹੀ ਘਰਦਿਆਂ ਦਾ ਮਾਪਿਆਂ ਦਾ ਜ਼ਿਆਦਾ ਕਰਦੀਆਂ ਹੁੰਦੀਆਂ ਗਰਲਸ ਹਾਂ ਨਹੀਂ ਮੁੰਡੇ ਤੁਸੀਂ ਕਿਵੇਂ ਘੱਟ ਕਹਿ ਸਕਦੇ ਹੋ ਮੁੰਡੇ ਘੱਟ ਕਰਦੇ ਕਿਉਂਕਿ ਅੱਜ ਦੇ ਟਾਈਮ 'ਚ ਜ਼ਿਆਦਾ ਵੌਇਸ ਕੱਢ ਦਿੰਦੇ ਆਪਦੇ ਮਾਪਿਆਂ ਨੂੰ ਘਰੋਂ ਹਾਂ ਨਹੀਂ ਇਹ ਕੋਈ ਸਾਡੇ ਮਾਪਿਓ ਸਾਨੂੰ ਕੱਢ ਦਿੰਦੇ ਆ ਮੁੰਡੇ ਘੱਟ ਕਰਦੇ ਆ ਪਰ ਇਹ ਗੱਲ ਵੀ ਮੁੰਡੇ ਬਹੁਤ ਕਰਦੇ ਬਹੁਤ ਆ ਵਿੱਚ ਵਿੱਚ ਜੀ ਹਾਂਜੀ ਕਈ ਕਰਦੇ ਆ ਕਈ ਨਹੀਂ ਕੁੜੀਆਂ ਦੇ ਵਿੱਚ ਹੀ ਲਾਗੂ ਹੋ ਸਕਦੀ ਹੈ ਨਹੀਂ ਕੁੜੀਆਂ ਜ਼ਿਆਦਾ ਕਰਦੇ ਨਹੀਂ ਬਾਈ ਜੇ ਕੁੜੀਆਂ ਨਾ ਆਪਦੇ ਸਹੁਰਿਆਂ ਨੂੰ ਆਪਦੇ ਮਾਂ ਪਿਓ ਵਾਂਗੂ ਮੰਨ ਕੇ ਚੱਲਣ ਬਸ ਤੇ ਇਹ ਚੀਜ਼ਾਂ ਕਦੇ ਹੋਣੀ ਨਾ ਕਿਉਂਕਿ ਬੰਦਾ ਉਹ ਮੌਕੇ ਤੇ ਫਸ ਜਾਂਦਾ ਕਿਉਂਕਿ ਬੰਦਾ ਨਾ ਤਾਂ ਮੰਨ ਲਓ ਵੀ ਸੱਸ ਨੂੰ ਦੀ ਲੜਾਈ ਹੁੰਦੀ ਹੈ ਤੇ ਜੇ ਬੰਦਾ ਸੱਸ ਲਈ ਜਾਂਦਾ ਤਾਂ ਵੀ ਮਰਦਾ ਤੇ ਜੇ ਬੰਦਾ ਉਧਰ ਨੌ ਘਰ ਵਾਲੀ ਪਾਸੇ ਜਾਂਦਾ ਤਾਂ ਵੀ ਮਰਦਾ ਤਾਂ ਵੀ ਮਰਦਾ ਸਹੀ ਗੱਲ ਸਹੀ ਤਾਂ ਬੰਦੇ ਨੂੰ ਉਹ ਚੀਜ਼ ਚ ਫੈਸਲਾ ਐਂ ਲੈਣਾ ਪੈਂਦਾ ਵੀ ਘਰ ਵਾਲੀ ਵਾਲੀ ਜਾਣਾ ਪੈਂਦਾ ਕਿਉਂਕਿ ਸਾਰੇ ਕਹਿਣ ਲੱਗ ਜਾਂਦੇ ਵੀ ਬਾਅਦ ਚ ਤੇਰਾ ਵਿਆਹ ਨਹੀਂ ਹੋਣਾ ਹਨਾ ਇਹ ਸਿਸਟਮ ਥੋੜਾ ਜਿਹਾ ਹੁੰਦਾ ਤਾਂ ਕਰਕੇ ਬੰਦਾ ਫਸ ਜਾਂਦਾ ਕੋਈ ਵੀ ਮੈਨੂੰ ਨੀ ਲੱਗਦਾ ਵੀ ਕੋਈ ਵੀ ਮੁੰਡਾ ਜਿਹੜਾ ਆਪਦੇ ਮਾਂ ਪਿਓ ਨੂੰ ਛੱਡਣਾ ਚਾਹੂਗਾ ਕੋਈ ਵੀ ਨੀ ਮੈਨੂੰ ਨੀ ਲੱਗਦਾ ਇਹ ਸਭ ਕਹਿਣ ਦੀਆਂ ਗੱਲਾਂ ਪਰ ਇਹ ਗੱਲ ਤੇਰੀ ਜਾਇਦਾ ਵੀ ਵਿਆਹ ਤੋਂ ਬਾਅਦ ਮੈਂ ਮੁੰਡੇ ਆਪਾਂ ਜ਼ਿਆਦਾਤਰ ਦੇਖਦੇ ਹਾਂ ਵੀ ਮਾਂ ਪਿਓ ਤੋਂ ਦੂਰ ਹੋ ਜਾਂਦੇ ਆ ਕਿਵੇਂ ਹੁੰਦਾ ਤੂੰ ਪਹਿਲਾਂ ਨੀ ਹੁੰਦੇ ਹਾਂ ਕੁੜੀਆਂ ਵਧੀਆ ਹੁੰਦੀਆਂ ਨੇ ਦੱਸ ਹੁਣ ਕਈ ਹੋ ਜਾਂਦੇ ਹੁੰਦੇ ਦੂਰ ਪਰ ਕਈ ਨਹੀਂ ਹੁੰਦੇ ਹੈਗੇ ਹਾਂ ਕਈ ਆਪਦੀ ਫੈਮਿਲੀ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ ਬਿਆਨ ਬਦਲ ਗਏ ਨਹੀਂ ਚਲ ਅਸੀਂ ਐਂ ਨਹੀਂ ਕਹਿੰਦੇ ਵੀ ਹਾਂ ਵੀ ਮੁੰਡੇ ਅਸੀਂ ਇਹ ਕਹਿੰਦੇ ਵੀ
ਵੀ ਚਲੋ ਇੰਪੋਰਟੈਂਸ ਦੋਨੋਂ ਨੂੰ ਬਰਾਬਰ ਦੇਣੀ ਚਾਹੀਦੀ ਹੈ, ਇੱਕ ਵਾਈਫ ਦਾ ਆਪਣਾ ਆਉਦਾ ਹੈਗਾ ਤੇ ਮਾਂ ਪਿਓ ਦਾ ਆਪਣਾ ਆਉਦਾ ਹੈਗਾ, ਪਰ ਇਹ ਚੀਜ਼ ਤੁਸੀਂ ਐਕਚੁਅਲੀ ਇਹ ਵੀ ਤੁਸੀਂ ਚੀਜ਼ ਦੇਖੀ ਹੈ ਹਾਂਜੀ ਯੂਟਿਊਬ ਤੇ? ਹਾਂਜੀ ਦੇਖੀ ਦੇਖੀ ਯੂਟਿਊਬ ਤੇ, ਹਾਂ ਵੀ ਐਂ ਕਰਕੇ ਮਾਂ ਪਿਓ ਨਾਲ ਬੱਚੇ ਦੂਰ ਹੋ ਜਾਂਦੇ ਆ, ਆਪਣੀ ਵਾਈਫ ਵੱਲ ਹੋ ਜਾਂਦੇ ਆ, ਮਾਂ ਪਿਓ ਨੂੰ ਠੇਡੇ ਮਾਰਦੇ ਆ, ਕਈ ਹੁੰਦੇ ਆ ਕਈ ਦੂਰ ਹੋ ਜਾਂਦੇ, ਪਰ ਕਈ ਜਿਹੜੀਆਂ ਗਰਲਸ ਆ ਆਪਦੇ ਸੱਸ ਸਹੁਰੇ ਨੂੰ ਵਧੀਆ ਟ੍ਰੀਟ ਕਰਦੀਆਂ, ਉਹਨਾਂ ਦੀਆਂ ਕੁੜੀਆਂ ਬਣ ਕੇ ਰਹਿੰਦੀਆਂ, ਨੌਂ ਨਹੀਂ ਬਣਦੀਆਂ। ਹੂੰ, ਤੇ ਕੁੜੀਆਂ ਕਿਉਂ ਨਹੀਂ ਬਣਦੀਆਂ? ਮੈਨੂੰ ਕੀ ਪਤਾ ਹਾਂਜੀ, ਫੜਾਓ ਮੈਂ ਫਿਰ ਪੁੱਛਿਆ ਜਾਵੇ। ਆ ਲਓ ਜੀ, ਨਹੀਂ ਸਵਾਲ ਥੋੜਾ ਬਹੁਤ ਸੋਹਣਾ ਸੀ, ਗੱਲ ਥੋੜੀ ਬਹੁਤ ਸੋਹਣੀ ਆ, ਫੜੋ ਮਾਈਕ ਤਾਂ ਫੜੋ। ਨਾਮ ਕੀ ਜੀ ਆਪਣਾ? ਕਮਲਜੀਤ ਕੌਰ। ਕਮਲਜੀਤ ਕੌਰ, ਕਮਲਜੀਤ ਕੌਰ ਦਾ ਬੜਾ ਸੋਹਣੀ ਗੱਲ ਹੈ ਵੀ ਕੁੜੀਆਂ ਤੇ ਡਿਪੈਂਡ ਹੈ। ਆਪਾਂ ਦੇਖਦੇ ਹਾਂ ਗੱਲ ਦੁਬਾਰਾ ਛਿੜੀ ਹੋਈ ਹੈ, ਦੁਬਾਰਾ ਫਿਰ ਦੱਸਦਾ ਜੇ ਨਹੀਂ ਤੁਹਾਨੂੰ ਦੁਬਾਰਾ ਪਤਾ ਲੱਗੀ ਵੀ ਵਿਆਹ ਤੋਂ ਬਾਅਦ ਮੁੰਡੇ ਚੇਂਜ ਹੋ ਜਾਂਦੇ ਆ, ਆਪਦੀ ਵਾਈਫ ਦੇ ਹੋ ਜਾਂਦੇ ਆ, ਐਜ਼ ਮਨ ਚਲੋ ਉਸ ਤਰੀਕੇ ਨਾਲ ਆਪਣੇ ਮਾਪਿਆਂ ਨਾਲ ਟ੍ਰੀਟ ਨਹੀਂ ਕਰਦੇ, ਵਾਈ? ਕਿਉਂਕਿ ਉਹ ਕੁੜੀਆਂ ਤੇ ਡਿਪੈਂਡ ਆ, ਕੁੜੀਆਂ ਨੇ ਕਿੱਦਾਂ ਰੱਖਣਾ ਉਹਦੇ ਸਹੁਰਿਆਂ ਨੂੰ। ਮੈਂ ਇਹਦੇ ਮੁੰਡੇ ਨੂੰ ਕਹਿੰਦੀ। ਅੱਛਾ ਜੀ, ਹਾਂ ਹਾਂ ਦੱਸੋ ਦੱਸੋ ਕਿੱਦਾਂ ਰੱਖਣਾ ਉਹਨਾਂ ਨੇ, ਹਨਾ? ਤੇ ਜੇ ਹੁਣ ਕੁੜੀ ਕਹੇ ਕਿ ਮੈਂ ਆਪਦੇ ਟੱਬਰ ਦੇ ਨਾਲ ਰਹਿਣਾ ਵਾ, ਲੈ ਉਹਦੇ ਘਰ ਵਾਲੇ ਨੂੰ ਆਪਦੇ ਵਸ ਚ ਕਰ ਲੈਣਾ, ਇੱਕ ਹਿਸਾਬ ਦਾ ਵਸ ਚ ਕਰ ਨਹੀਂ ਹੁੰਦਾ, ਤਾਂਤਰਿਕ ਹੈ ਤੂੰ, ਤਾਂਤਰਿਕ ਹੈ ਨਹੀਂ, ਤੇ ਫਿਰ ਉਹ ਸਹੁਰਿਆਂ ਦੇ ਨਾਲ ਲੜਦੀਆਂ, ਫਿਰ ਜਿਹੜਾ ਕਰਕੇ ਮੁੰਡਾ ਫਸ ਜਾਂਦਾ ਕਿ ਉਹਨੇ ਘਰ ਨੂੰ ਆਪਦੇ ਨੂੰ ਰੱਖਣਾ ਜਾਂ ਆਪਦੇ ਮਾਪਿਆਂ ਨੂੰ। ਫਿਰ ਤੁਹਾਡੇ ਅਕੋਰਡਿੰਗ ਮੁੰਡਾ ਕਿਹਨਾਂ ਨੂੰ ਰੱਖੇ ਸੀ? ਦੋਨੋਂ ਨਹੀਂ ਰੱਖੇ, ਦੋਨੋਂ ਰਹਿੰਦੀਆਂ ਨਹੀਂ ਜੀ, ਠੋਕੇ ਰੱਖੇ ਨਾ ਮੁੰਡਾ, ਕੁੱਟ ਕੁੱਟ ਕੇ ਰੱਖੇ ਉਹਨੂੰ, ਕੁੱਟ ਕੁੱਟ ਕੇ ਰੱਖੇ। ਦੇਖੋ ਮਾਂ ਨੂੰ ਤਾਂ ਦੇਖ ਬੱਚਾ ਮਾਰ ਹੀ ਨਹੀਂ ਸਕਦਾ ਜੀ, ਨਹੀਂ ਮਾਂ ਨੂੰ ਨਹੀਂ ਮਾਰ ਸਕਦਾ, ਜਨਾਨੀ ਨੂੰ ਤਾਂ ਮਾਰ ਹੀ ਸਕਦਾ। ਹੁਣ ਤੁਸੀਂ ਜੇ ਹਾਂ ਹਾਂ ਜੇ ਸਮਝਦੇ ਨਹੀਂ ਤਾਂ ਫਿਰ ਉਹਨੂੰ ਮਾਰੋ, ਫਿਰ ਦੱਸੋ ਉਹਨੂੰ ਕਿ ਨਹੀਂ ਇੰਪੋਰਟੈਂਸ ਹੈਗੀ ਉਹਨੂੰ। ਮਤਲਬ ਤੁਹਾਡੇ ਕੋਲੇ ਫਿਰ ਕੁੱਟ ਕੇ ਸੁਧਰੂਗੀ? ਸੁਧਰੂਗੀ ਫਿਰ, ਕੁੱਟ ਕੇ ਸੁਧਰੂਗੀ, ਕੁੱਟ ਕੇ ਸੋਲੂਸ਼ਨ ਇਹੀ ਆ। ਕਿਉਂ ਬਈ ਇਹ ਕਿਵੇਂ ਲੱਗਦੀ ਗੱਲ? ਨਹੀਂ ਬਈ ਇਹ ਵੀ ਮਾਰੇ ਨਾ ਫਿਰ ਹੱਲ ਹੈਗਾ ਵੀ ਜੀ ਮੈਂ ਨਹੀਂ ਮਾਰ ਗੱਲ ਨਹੀਂ ਜਿਆਦਾ ਹੀ ਬੰਦੇ ਜਿਹੜਾ ਤਾਂ ਕੀ ਹੋਊਗੇ ਫਿਰ ਜਿਆਦਾ ਗੁਰੂ ਅੱਗੇ। ਨਹੀਂ ਨਹੀਂ ਬੰਦੇ ਦੇ ਨੇਚਰ ਤੇ ਡਿਪੈਂਡ ਕਰਦਾ ਕਿ ਜਿਵੇਂ ਹੁਣ ਹਨਾ ਰੋਹ ਵਾਲਾ ਹੈ ਗੁੱਸੇ ਵਾਲਾ, ਕਿਵੇਂ ਜਨਾਨੀ ਉਹੀ ਡਰੀ ਰਹਿੰਦੀ ਹੈ ਕਿ ਹਾਂ ਵੀ ਗੁੱਸੇ ਵਾਲਾ ਐਵੇਂ ਇਹਦੇ ਘਰ ਨੂੰ ਕਹੀ ਆ, ਨੇਚਰ ਦੇ ਜੋ ਬੰਦਾ ਹੀ ਲੋਲੇ ਪੁੱਛ ਹਾਂਜੀ ਫਿਰ ਤਾਂ ਰੁੱਲ ਗਏ ਘਰ, ਫਿਰ ਤਾਂ ਟੱਪਰ ਰੁੱਲ ਗਏ। ਸਟਾਰਟਿੰਗ ਤੋਂ ਉਹਨਾਂ ਨੂੰ ਉਦਾਂ ਦਾ ਰੱਖਣਾ ਹੀ ਰੋਮ ਦਾ ਰਖਣਾ, ਮਤਲਬ ਦੋਨਾਂ ਨੂੰ ਸੇਮ ਹੀ ਰੱਖੇ। ਹਾਂ ਵੀ ਮੁੰਡੇ ਤੇ ਡਿਪੈਂਡ ਆ ਅਸਲ। ਹਾਂਜੀ ਇਹ ਗੱਲ ਮੰਨਦੇ ਜੀ? ਫਿਰ ਤੁਸੀਂ ਕਹਿੰਦੇ ਕੁੱਟਣਾ ਚਾਹੀਦਾ ਜੀ, ਕੁੱਟਣਾ ਵੀ ਚਾਹੀਦਾ ਜੇ ਨਹੀਂ ਸੁਧਰਦੀ ਤਾਂ, ਕੁੜੀਆਂ ਮੁੰਡੇ ਨੂੰ ਹਰ ਇੱਕ ਰਿਸ਼ਤਾ ਇੰਪੋਰਟੈਂਸ ਹੈ। ਉਵੇਂ ਵੀ ਸੱਸ ਕਿੱਦਾਂ ਦੀ ਕੁੜੀ ਮੰਗ ਕਰਦੀ, ਮੇਰੀ ਸੱਸ ਇੱਦਾਂ ਦੀ ਹੋਵੇ, ਬਸ ਉਹ ਵੀ ਵਧੀਆ ਹੋਵੇ। ਆਮ ਕੁੜੀਆਂ ਨੂੰ ਰੱਖਿਆ ਆਪਦੀਆਂ ਨੂੰ ਨੌਂ ਨਾ ਮੰਨੇ, ਜੇ ਕਹਿ ਦਿੰਦੇ ਆ ਜਦੋਂ ਰਿਸ਼ਤੇ ਕਰਵਾਉਂਦੇ ਆ ਲੈਂਦੇ ਆ ਕੁੜੀਆਂ ਨਾਲ ਰਿਸ਼ਤਾ, ਤੇ ਉਦੋਂ ਕਹਿ ਦਿੰਦੇ ਅਸੀਂ ਕੁੜੀ ਬਣਾ ਕੇ ਰੱਖਾਂਗੇ, ਪਰ ਬਾਅਦ ਵਿੱਚ ਹੌਲੀ ਹੌਲੀ ਨੌਂ ਨੂੰ ਫਿਰ ਦੂਜੀ ਤਰ੍ਹਾਂ ਟ੍ਰੀਟ ਕਰਨ ਲੱਗ ਜਾਂਦੇ ਆ, ਫਿਰ ਤਾਂ ਮਨ ਫਿਰ ਖੱਟਾ ਪੈ ਜਾਂਦਾ। ਸਾਸਰੇ ਕਹਿਣੇ ਤੇ ਚੱਲੇ ਨਾ, ਸੱਚ ਕਿਹੜਾ ਮਾੜੀ ਸਲਾਹ ਦਊਗੀ ਹਨਾ, ਉਹਨੂੰ ਐ ਕਿ ਮੇਰੀ ਨੂੰਹ ਵਧੀਆ ਬਣ ਕੇ ਰਵੇ, ਜੇ ਹੁਣ ਨੂੰਹ ਦੇ ਹੋਵੇ ਜੇ ਕੰਮ ਆ ਤੇ ਹੁਣ ਸੱਸ ਵੀ ਕੀ ਕਰੇ, ਫਿਰ ਤਾਂ ਲੜਾਈ ਹੀ ਹੋਣੀ ਹੈ। ਮਤਲਬ ਹੋਰ ਗੱਲ ਦੀ ਗੱਲਾਂ ਮੁੰਡਾ ਬਚਾਲੇ ਅੜ ਜਾਂਦਾ ਬਾਈ, ਮੈਨੂੰ ਲੱਗਦਾ ਤੁਸੀਂ ਵਿਆਹ ਵਿਊ ਕਰਾਉਣਾ ਤਾਂ ਪੁੱਛੀ ਜਾਂਦੇ ਆ। ਸਹੀ ਗੱਲ ਹੈ, ਮੈਂ ਤਾਂ ਸੋਚਦਾ ਸੀ ਮੈਂ ਵਿਆਹ ਕਰਨ ਲਈ, ਪਰ ਹੁਣ ਪਤਾ ਲੱਗਿਆ ਵੀ ਜਾਂ ਤਾਂ ਕੁੱਟ ਕੇ ਰੱਖਣੀ ਪਊਗੀ ਹੈ, ਇਸ ਲਈ ਮਿੱਤਰੋ ਚੰਗਾ ਹੀ ਹੈ ਅੱਜ ਤਾਂ ਫਿਲਹਾਲ ਪਈ ਚੰਗੀ ਹੈ, ਵਾਹਿਗੁਰੂ ਭਲਾ ਕਰੇ, ਫਿਊਚਰ ਦਾ ਟਾਈਮ ਹੈ। ਤੇ ਨਾਮ ਕੀ ਹੈ ਜੀ? ਨਵਜੋਤ ਕੌਰ ਨਾਮ ਹੈ ਜੀ। ਨਵਜੋਤ ਕੌਰ ਕਿੰਨੇ ਸਮੇਂ ਤੋਂ ਪੀਟੀ ਕਰਦੇ ਹੋ ਜਾਂ ਆਇਲਸ ਕਰਦੇ ਹੋ ਜੀ? ਹੱਸ ਕੇ ਕਰਦੇ ਹੋ ਆਇਲਸ ਹੈ ਜੀ, ਠੀਕ ਹੈ ਜੀ। ਤੇ ਕਿੰਨਾ ਸਮਾਂ ਲਾਓਗੇ ਜੀ ਆਇਲਸ ਦੇ ਵਿੱਚ ਜੀ? ਸਰ ਬਸ ਲਾਸਟ ਮੰਥ ਹੀ ਹੁਣ ਤਾਂ। ਫੇਰ ਹੱਸ ਕੇ ਲਾਉਂਗੇ ਜੀ? ਹਾਂ ਪਰ ਜਿੰਨੇ ਮਹੀਨੇ ਲਾਉਣੇ ਤੁਸੀਂ ਹੱਸ ਕੇ ਲਾਉਣੇ ਆ ਜੀ। ਹਾਂਜੀ ਸਰ, ਚੰਗੀ ਗੱਲ, ਨਹੀਂ 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 ਹੱਸ ਕੇ ਲਾਓ ਸਤਾ, ਤੁਸੀਂ ਹੀ ਚਾਹੁੰਦੇ ਆ। ਤੇ ਕੰਟਰੀ ਕਿਹੜੀ ਸੋਚਦੇ ਹੋ ਜੀ? ਕੈਨੇਡਾ ਸਰ। ਕੈਨੇਡਾ ਕਿਉਂ ਜਾਣਾ ਜੀ? ਸਰ ਉੱਥੇ ਮੇਰੀ ਸਿਸਟਰ ਨੇ। ਬਿਨਾਂ ਹੱਸੇ ਜਾਣਾ ਜੀ ਹੈ, ਚਲੋ ਠੀਕ ਹੈ। ਹੋਰ ਗੱਲਬਾਤ ਮੰਨ ਕੇ ਚਲੋ ਵੀ ਜਦੋਂ ਸਿਸਟਰ ਇੱਥੇ ਸੀ ਕਿੰਨੀ ਕੁ ਲੜਾਈ ਹੁੰਦੀ ਸੀ? ਸਰ ਲੜਾਈ ਤਾਂ ਹੁੰਦੀ ਸੀ ਕਾਫੀ ਜ਼ਿਆਦਾ, ਚੀਜ਼ਾਂ ਪਿੱਛੇ ਵੀ ਹੋ ਜਾਂਦੀ ਸੀ, ਵੈਸੇ ਵੀ ਹੋ ਜਾਂਦੀ ਸੀ। ਚੀਜ਼ਾਂ ਪਿੱਛੇ ਮੰਨ ਲਓ, ਜੋ ਖਾਣਾ ਦੀ ਚੀਜ਼ਾਂ ਪਿੱਛੇ? ਹਾਂਜੀ। ਜਿਵੇਂ ਕਿਹੜੀ ਚੀਜ਼ ਵਿੱਚ ਲੜਦੇ ਸੀ? ਇੱਕ ਟੋਫੀ ਸੀ, ਟੋਫੀ ਵਿੱਚ ਲੜਦੇ ਸੀ? ਨਹੀਂ ਸਰ, ਜਦੋਂ ਮਤਲਬ 2 ਪੈਕਟ ਆਉਂਦੇ ਸੀ ਘਰ 'ਚ ਹਨਾ, ਕੁਰਕਰੇ ਵਗੈਰਾ ਦੇ, ਉਦੋਂ ਅਸੀਂ ਇੱਕ ਬਚਾ ਕੇ ਰੱਖ ਲੈਣਾ, ਇੱਕ ਖਾ ਲੈਣਾ, ਤੇ ਜਦੋਂ ਇੱਕ ਓਪਨ ਕਰਨਾ ਹਨਾ, ਤਾਂ ਫਿਰ ਉਹਨੂੰ ਲੱਗਦਾ ਸੀ ਮੈਂ ਜ਼ਿਆਦਾ ਖਾਂਦੀ ਹਾਂ, ਮੈਨੂੰ ਲੱਗਦਾ ਸੀ ਉਹ ਜ਼ਿਆਦਾ ਖਾਂਦੀ। ਫਿਰ ਤੁਹਾਨੂੰ ਕੋਈ ਨੀਤ ਮਾੜੀ ਕੀਤੀ ਸੀ ਦੋਨਾਂ 'ਚੋਂ? ਸਰ ਕਿਸੇ ਦੀ ਵੀ ਨਹੀਂ, ਇਕੁਅਲ ਖਾਂਦੇ ਸੀ ਫਿਰ ਵੰਡ ਕੇ। ਇਕੁਅਲ ਖਾਂਦੇ ਸੀ? ਦੇਖੋ ਕਿੱਡਾ
एक तेरा एक मेरा वो काम बदी है किड्डे बड़े मुद्दे ते गल होई वी कुरकरे पिछे भी लड़ाई हुंदी रही है जी ते जदों फिर उरे हुंदे सी उरे लड़दे सी जी हुण जदों गए ने फिर हुण उड़के नहीं उन्हां दा वी हां हां जी सर आउंदा ते है पर वो बिजी है हुण अपने काम च कई बार गल भी नहीं हुंदी फिर उन्हां नाल की कहंदे पिंड वी की माहौल बाहर दा जी सो बुरा हाल आ तो कहंदे उरे उरे शौक की रखदे वी मेरे आ शौक ने सर मैं मेकअप आर्टिस्ट बनना चाहनी हां ओहो सजाउण ते सजाउण दा काम थोड़ा गया जी आप करदे मेकअप जी ओनली लिपस्टिक लाउंदी जी मतलब तुसी चाहुंदे भी मैं मेकअप करके कुड़ियां नु वधिया सोहणा बनाए करां ਇਹ ਤੁਸੀਂ ਮੰਨਦੇ ਵੀ ਮੇਕਅਪ ਕਰਕੇ ਕੁੜੀ ਬਾਹਲ ਹੀ ਓਵਰ ਮੇਕਅਪ ਕਰਕੇ ਆਊਟ ਲੱਗਦੀ ਹੈ ਜੀ ਨਹੀਂ ਸਰ ਇੰਨੀ ਵੀ ਨਹੀਂ ਲੱਗਦੀ ਮਤਲਬ ਲਿਮਿਟਡ ਜਾਂ ਹੋਵੇ ਜਦੋਂ ਬਾਹਲੇ ਕਰ ਜਾਵਾਂਗੇ ਫਿਰ ਤਾਂ ਲੱਗੂਗੀ ਕਦੇ ਤੁਸੀਂ ਦੇਖੇ ਮਨ ਚ ਵੀ ਵਿਦਆਊਟ ਮੇਕਅਪ ਕੁੜੀ ਖੜੀ ਹੋਵੇ ਪਹਿਲਾਂ ਤੁਸੀਂ ਮੇਕਅਪ ਕਰਕੇ ਤੁਸੀਂ ਆਪ ਹੀ ਡਰ ਗਏ ਵੀ ਅੱਛਾ ਤੁਸੀਂ ਦੀ ਕਦੇ ਕਰਵਾਜੋ ਗਾਈ ਜਾਂਦਾ ਹੀ ਉਹਦੇ ਪੁਰਾਣੇ ਮਾਡਲ ਵੀ ਮੋਡੀਫਾਈ ਹੋ ਗਏ ਪੁਰਾਣੇ ਮਾਡਲ ਵੀ ਮੋਡੀਫਾਈ ਹੋ ਗਏ ਇੱਕ ਹੀ ਚੱਲੋ ਪੁਰਾਣੇ ਮਾਡਲ ਵੀ ਮੋਡੀਫਾਈ ਹੋਣਗੇ ਹਾਂਜੀ ਠੀਕ ਹੈ ਠੀਕ ਹੈ ਅੱਜ ਤੁਸੀਂ ਮੇਕਅਪ ਦੀ ਸਟੱਡੀ ਕਰਨਾ ਚਾਹੁੰਦੇ ਹੋ ਜੀ ਤੇ ਕਰ ਇੱਕ ਪਾਪਾ ਕੀ ਪਰੀਆਂ ਹੁੰਦੇ ਨੇ ਸੁਣਿਆ ਜੀ ਹਾਂਜੀ ਕੌਣ ਹੁੰਦੇ ਨੇ ਪਾਪਾ ਕੀ ਪਰੀਆਂ ਜੀ ਜਿਹੜੇ ਮਤਲਬ ਬਹੁਤ ਸੌਫਟ ਰੱਖੇ ਹੁੰਦੇ ਆ ਘਰਦਿਆਂ ਨੇ ਅੱਛਾ ਉਹ ਪਾਪਾ ਕੀ ਪਰੀਆਂ ਹੁੰਦੀਆਂ ਨੇ ਜੀ ਜਿਹੜੀਆਂ ਜ਼ਿਆਦਾ ਸੌਫਟ ਹੁੰਦੀਆਂ ਨੇ ਜੀ ਪਾਪਾ ਕੇ ਪਰੇ ਪਤਾ ਕੌਣ ਹੁੰਦੇ ਜੀ ਜਿਹੜੇ ਮੰਮਾ ਦੇ ਸੌਫਟ ਰੱਖੇ ਹੁੰਦੇ ਆ ਅੱਛਾ ਜਿਹੜੇ ਮੰਮਾ ਦੇ ਸੌਫਟ ਰੱਖਦੇ ਉਹ ਪਾਪਾ ਕੇ ਪਰੇ ਹੁੰਦੇ ਜੀ ਠੀਕ ਹੈ ਪਾਪਾ ਕੀ ਪਰੀ ਕੌਣ ਹੁੰਦੀ ਹੈ ਆ ਪਾਪਾ ਦੀਆਂ ਪਰੀਆਂ ਹੀ ਪਾਪਾ ਦੀਆਂ ਪਰੀਆਂ ਪਾਪਾ ਮਗਰ ਬਿਠਾ ਕੇ ਗੇੜੇ ਘੜਾਉਂਦੇ ਆ ਪਾਪਾ ਹੀ ਸਾਰੇ ਕਿਤੇ ਲੈ ਗਏ ਨਾ ਪਾਪਾ ਦੀ ਪਰੀ ਹੁੰਦੀ ਹੈ ਹਾਂ ਉਹ ਪਾਪਾ ਦਾ ਕੀ ਹੈ वोट मंगनी है सारे तो ਵੀ ਲੋਕੋ ਮੈਨੂੰ ਵੋਟ ਪਾਇਓ ਮੈਂ ਐ ਕਰੂੰਗੀ ਮੈਂ ਬਾਹ ਕਰੂੰਗੀ ਠੀਕ ਹੈ ਜੀ ਆਉਣ ਦਾ ਬੜੀ ਸਪੀਚ ਹਾਂਜੀ ਸਰ ਮੈਂ ਸਭ ਲਈ ਪਹਿਲਾਂ ਤਾਂ ਹਸਪੀਟਲਸ ਵਗੈਰਾ ਜਾਂ ਐਜੂਕੇਸ਼ਨ ਸਿਸਟਮ ਸਟ੍ਰੀਮ ਲਈ ਬਿਲਡ ਕਰੂੰਗੀ ਸਟੂਡੈਂਟਸ ਲਈ ਜਿਹਦਾ ਕਰਕੇ ਕਿ ਉਹ ਆਪਣੀ ਇੱਥੇ ਸਟੱਡੀ ਕੰਪਲੀਟ ਕਰ ਸਕਦੇ ਉਸ ਤੋਂ ਬਾਅਦ ਜੌਬ ਓਪਰਚੁਨਿਟੀਜ਼ ਦਊਂਗੀ ਉਹਨਾਂ ਨੂੰ ਠੀਕ ਹੈ ਜੀ ਤਾਂ ਕਿ ਉਹ ਆਪਣੇ ਡ੍ਰੀਮਸ ਕੰਪਲੀਟ ਕਰ ਸਕਣ ਜੋ ਵੀ ਬਣਨਾ ਚਾਹੁੰਦੇ ਉਹ ਬਣ ਸਕਣ ਤੇ ਅਬਰੋਡ ਨਾ ਜਾਣ ਇੱਥੇ ਰਹਿ ਕੇ ਆਪਣਾ ਕੰਮ ਸੈਟਲ ਕਰ ਸਕਣ ਮੰਤਰੀ ਸਾਹਿਬ ਇੱਕ ਸਵਾਲ ਹੈ ਜੀ ਹਾਂਜੀ ਸਰ ਮੰਤਰੀ ਸਾਹਿਬ ਕੁਐਰੀਜ਼ ਕਰ ਰਹੇ ਆ ਜੀ पूरे गप मारने बस एक वोटा लैण दा तरीका मंगना भी हां मैं कर दे मतलब पता लगे भी गप ने देखिए मजाक कर दे हां जी मैम ठीक है जी तीन बड़े बड़े गप मारने जिदा ने मर्जी मार दो चलणगे जी मैं सारे लिए एरोप्लेन दूंगी ताकि वो अपने एरोप्लेन के बाहर जा सके हां हां क्या बात है जी क्या बात एक बड़ा कप ये सच में बड़ा कप लगदा है जी दो बड़े कप हो रहा हूं तुझे सर मैं सारे नु इथे फैसिलिटीज प्रोवाइड करूंगी ताकि वो बाहर ना जा सके एक गल तुसी देखिए पहला गप मारया सी ये सच में मंत्री बने सी ये दूसरा बड़ा कप हो गया एक ये तीसरा कप हो रहा हूं तो फिर फारूक तो पूछना कप केड़ा होगा तीसरा बड़ा कप हो रहा हूं जी गप दो मारोगे जी हाँ चलो ठीक है बहुत बहुत शुक्रिया कह दी जी भाग जाए जी नहीं बाकी स्टूडेंट्स चलो ठीक है मेहरबानी बहुत बहुत शुक्रिया थैंक यू फारूक मेरे आ फड़ो मैं ऐदा ने गप मारी ਜਿੰਨਾ ਤੇ ਵਿਸ਼ਵਾਸ ਵੀ ਨਾ ਹੋਵੇ ਵੀ ਗੱਪ ਵੀ ਹੋ ਸਕਦੇ ਮੈਂ ਗੱਪ ਹੀ ਮੈਂ ਤੁਹਾਨੂੰ ਦੱਸਦਾ ਕੋਈ ਗਰੀਬ ਕੋਈ ਵਿਚਾਰਾ ਨਾ ਭੁੱਖਾ ਨਾ ਰਵੇ ਪਹਿਲਾ ਬੰਦਾ ਨਾ ਹੈਂਡੀਕੈਪ ਹੋਵੇ ਪਰ ਗਰੀਬ ਨਾ ਹੋਵੇ ਕੋਈ ਬੰਦਾ ਗਰੀਬ ਨਾ ਰਵੇ ਸਾਰਿਆਂ ਨੂੰ ਮੈਂ ਪੈਸੇ ਇੰਨੇ ਕ ਦੇ ਦੇਣਾ ਉਹ ਕਵੇ ਹਾਂ ਵੀ ਸਾਡੇ ਕੋਲ ਵੀ ਕੁਝ ਹੈਗਾ ਕਿਸੇ ਦੇ ਕੋਈ ਮਾੜਾ ਕੱਪੜਾ ਨਾ ਹੋਵੇ ਤੁਹਾਨੂੰ ਪਤਾ ਹੈ ਆਪਾਂ ਚੱਲ ਕਿੰਨੇ ਵਾਰੀ ਹਨਾ ਗਰੀਬ ਝੋਪੜੇ ਵਾਲੇ ਬੱਚੇ ਐਂ ਫਿਰਦੇ ਰਹਿੰਦੇ ਇੱਕ ਦਿਨ ਮੈਂ ਸੈਂਟਰ ਤੋਂ ਥੱਲੇ ਉਤਰਿਆ ਹਨਾ ਤੇ ਇੱਕ ਰੇੜੇ ਤੇ ਇੱਕ ਆਂਟੀ ਜੀ ਸੀ ਤੇ ਇੱਕ ਬੱਚਾ ਜਿਹਾ ਸੀ ਹਨਾ ਉਹ ਹੱਸਦੇ ਜਾ ਰਹੇ ਸੀ ਮੈਂ ਹਨਾ ਮੈਂ ਉਹਦੇ ਥੋੜਾ ਜਿਹਾ ਦਿਮਾਗ ਖਰਾਬ ਹੋਇਆ ਪਿਆ ਸੀ ਮੇਰਾ ਤੇ ਮੈਂ ਉਹਨੂੰ ਵੇਖ ਕੇ ਮੈਂ ਸੋਚਿਆ ਮੈਂ ਕਿਹਾ ਦੇਖਣਾ ਇਹ ਇੰਨੇ ਜਿਹਦੇ ਇੰਨਾ ਖੁਸ਼ ਆ ਹੱਸੀ ਜਾਂਦੇ ਤੇ ਤੂੰ ਤਾਂ ਕੀ ਹਨਾ ਬਹੁਤ ਤੇ ਬੰਦੇ ਨੂੰ ਨਾ ਇਹਨਾਂ ਦੀ ਸਾਰੀ ਸਹੂਲਤਾਂ ਦੇਣੀਆਂ ਚਾਹੀਦੀਆਂ ਯਾਰ ਸਰਕਾਰ ਨੂੰ ਹਨਾ ਇੱਕ ਦਿਨ ਮੈਂ ਕਿਤੇ ਨਾ ਰੈਲੀ 'ਚ ਗਿਆ ਐਮਸੀ ਸੀ ਐਮਸੀ ਕਹਿੰਦਾ ਮੈਨੂੰ ਐਮਐਲਏ ਬਣਾ ਦਿਓ ਮੈਂ ਮੋਗੇ ਨੂੰ ਕੈਲੀਫੋਰਨੀਆ ਬਣਾ ਦੂੰ ਫਾਰੂਕ ਬਣਦਾ ਮਨ ਚ ਮੰਤਰੀ ਫਾਰੂਕ ਕੀ ਕਰੂਗਾ ਫਿਰ ਫਾਰੂਕ ਪਹਿਲਾਂ ਤਾਂ ਕੁੜੀਆਂ ਨੂੰ ਨਾ ਸਾਰੀ ਸਕੂਟਰੀਆਂ ਖੋਣੀਆਂ ਵਾ ਇਹ ਐਕਸੀਡੈਂਟ ਬਹੁਤ ਹੁੰਦੇ ਆ ਜੀ ਤੇ ਇੱਕ ਜਿਹੜੇ ਆਟੋ ਵਾਲੇ ਹੁੰਦੀਆਂ ਬ੍ਰੇਕ ਪੈਰ ਐ ਕਰਕੇ ਨਾ ਐ ਕਰਕੇ ਲੋੜੇ ਐ ਕਰਕੇ ਬ੍ਰੇਕ ਇਧਰ ਮੁੰਡੇ ਮੁੰਡੇ ਵੇਖ ਲੋ ਕਰ ਸ਼ੂਕਦੇ ਜਾਂਦੇ ਸ਼ੂ ਅੱਛਾ ਇੱਕ ਤਾਂ ਇਹ ਚੀਜ਼ ਕਰੂਗਾ ਫਾਰੂਕ ਸਕੂਟਰੀਆਂ ਬੰਦ ਕਰਾ ਦੂਗਾ ਕੁੜੀਆਂ ਦੀਆਂ ਇੱਕ ਮੈਮ ਸਵਾਲ ਹੈ ਥੋੜੀਆਂ ਸਕੂਟਰੀਆਂ ਕਬੰਦ ਕਰਾਉਣ ਨੂੰ ਫਿਰਦੇ ਨੇ ਜੀ ਸਰ ਇਹ ਡਰਾਈਵ ਆਪ ਨਹੀਂ ਸਹੀ ਕਰਦੇ ਫਿਰ ਕੁੜੀਆਂ ਨੇ ਭਾਈ ਮੇਰੇ ਨਾਲ ਇੱਕ ਦਿਨ ਪਤਾ ਕੀ ਹੋਇਆ ਕਿੱਸਾ ਸੁਣ ਸਕਦੇ ਮੇਰੇ ਨਾਲ ਇੱਕ ਦਿਨ ਪਤਾ ਕੀ ਹੋਇਆ ਮੈਂ ਮੋਟਰਸਾਈਕਲ
ਜਾਈ ਜਾਂਦਾ ਸੀ ਮਗਰੋਂ ਕੁੜੀ ਨੇ ਲਿਆ ਕੇ ਸਕੂਟਰੀ ਮਾਰਦੇ ਹੁਣ ਇੱਥੇ ਮੇਰੀ ਕੀ ਗਲਤੀ ਦੱਸੋ ਪੁੱਛ ਕੇ ਉਹਨਾਂ ਕੁੜੀਆਂ ਤੋਂ ਇਹ ਗੱਲ ਸੁਣਾਇਆ ਤਾਂ ਬਹੁਤ ਵੱਡਾ ਮੁੱਦਾ ਬਣ ਗਿਆ ਇਹ ਤਾਂ ਹਲਕੇ ਹਾਂਜੀ ਮੈਮ ਸਰ ਇਹ ਡਿਪੈਂਡ ਆ ਪਰਸਨ ਤੇ ਜੁੜੀ ਤਾਂ ਨਹੀਂ ਹਰ ਕੁੜੀ ਮਾਰਦੀ ਲੈ ਕੇ ਵਿੱਚ ਦੇਖੋ ਜੀ ਸਵਾਲ ਨਿਕਲ ਕੇ ਆਇਆ ਮੁੰਡੇ ਦਾ ਵੀ ਸਕੂਟਰੀ ਵਿੱਚ ਮਾਰਦੇ ਨੇ ਕੁੜੀਆਂ ਕਿੰਨੇ ਪਰਸੈਂਟ ਤੁਸੀਂ ਕਹਿ ਸਕਦੇ ਵੀ ਕੁੜੀਆਂ ਜਿਹੜੀ ਡਰਾਈਵਰੀ ਆ ਸਹੀ ਹੈ ਸਰ 80 ਤਾਂ ਹੈਗੀ ਜ਼ਿਆਦਾ ਨਹੀਂ ਲੈ ਮਿੱਤਰਾ ਸੁਣੋ ਬਹੁਤ ਵੱਡੇ ਮੁੱਦੇ ਦੀ ਗੱਲ ਹੋ ਰਹੀ ਹੈ ਤੁਸੀਂ ਕਹਿੰਦੇ 80% ਕੁੜੀਆਂ ਦੀ ਡਰਾਈਵਰੀ ਸਹੀ ਹੈ 20% ਨਹੀਂ ਇਹ ਜਿਹੜੀਆਂ ਐਗਜ਼ਾਮਪਲਾਂ ਨਿਕਲ ਨਿਕਲ ਆਉਂਦੇ ਨੇ ਵੀ ਕੁੜੀਆਂ ਕੰਧਾਂ ਤੇ ਸਕੂਟਰੀਆਂ ਚਾੜ ਦਿੰਦੀਆਂ ਨੇ ਜੀ ਸਰ ਕਦੇ ਕਦੇ ਹੀ ਹੋ ਜਾਂਦਾ ਹੈ ਬਹੁਤ ਕਦੇ ਕਦੇ ਜਿਹੜੀ ਸਕੂਟਰੀ ਨੇ ਕੰਧਾਂ ਤੇ ਵੀ ਚੜਦੀਆਂ ਨੇ ਜੀ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਹਾਸਾ ਕਿਹੜਾ ਕਰਦੇ ਮਿੱਤਰ ਬਾਈ ਕੋਲ ਜਾਣੇ ਬਾਈ ਕੀ ਗੱਲ ਕੀ ਨਿਕਲ ਕੇ ਆਈ ਸੀ ਉਦੋਂ ਸਕੂਟਰੀ ਜਦੋਂ ਸਕੂਟਰੀ ਵੱਜੀ ਸੀ ਮਗਰੋਂ ਜਦੋਂ ਸਕੂਟਰੀ ਬਈ ਫਿਰ ਤੁਸੀਂ ਰਿਐਕਸ਼ਨ ਕੀ ਦਿੱਤੇ ਵੀ ਬਾਈ ਯਾਰ ਐਂ ਕਰਕੇ ਵੀ ਮੈਂ ਪਹਿਲਾਂ ਤਾਂ ਪਿੱਛੇ ਮੁੜ ਕੇ ਦੇਖਿਆ ਮੈਂ ਕਿਹੜਾ ਓਏ ਤੇ ਉਹ ਕੁੜੀ ਸੀ ਮੇਰੇ ਕੁੜੀ ਨੂੰ ਵੇਖ ਪਿਘਲ ਗਿਆ ਉੱਥੇ ਨਹੀਂ ਨਹੀਂ ਪਿਘਲਾ ਨਹੀਂ ਆਪੇ ਦੱਸੂ ਆਪੇ ਪਿਘਲਾ ਨਹੀਂ ਹੁਣ ਉਹ ਅੱਗੋਂ ਕਹਿੰਦੀ ਸੌਰੀ ਆ ਸੌਰੀ ਦੁਬਾਰੇ ਕਰ ਮੜੀ ਕਿਵੇਂ ਕਹੀ ਜੀ ਸੌਰੀ ਮੈਂ ਕਿਹਾ ਚਲੋ ਹੁਣ ਇਹਨੂੰ ਕੀ ਕਹਾਂ ਜੇ ਮੁੰਡਾ ਵੀ ਹੁੰਦਾ ਉੱਥੇ ਮੁੰਡਾ ਵੀ ਸੌਰੀ ਮੰਗਦਾ ਤਾਂ ਆਪਾਂ ਕਹਿ ਦਿੰਦੇ ਬਾਈ ਕੋਈ ਨਹੀਂ ਸਹੀ ਨਹੀਂ ਆਪਾਂ ਵੀ ਕਹਿ ਦਿੰਦੇ ਵੀ ਓਏ ਤੂੰ ਐਂ ਕਰ ਦਿੰਦਾ ਤਾਂ ਗਲਤੀ ਹੋ ਜਾਂਦੀ ਹਰ ਇੱਕ ਤੇ ਹਰ ਇੱਕ ਤੋਂ ਹੋ ਜਾਂਦੀ ਹੈ ਜਾਣ ਕੇ ਨਹੀਂ ਕੋਈ ਵੀ ਕਰਦਾ ਇਹ ਤਾਂ ਗਲਤ ਨਹੀਂ ਜਾਇਜ਼ ਚਲੋ ਅਸੀਂ ਮਾੜਾ ਨਹੀਂ ਕਹਿੰਦੇ ਕੁੜੀ ਨਹੀਂ ਡਰਾਈਵਰੀ ਹੈ ਥੋੜਾ ਸਿੱਖਣਾ ਮੈਂ ਜ਼ਰੂਰ ਚਾਹੀਦਾ ਮੰਨ ਦਿਓ ਕਿ ਨਹੀਂ ਮੰਨਦੇ ਸਿੱਖਣਾ ਚਾਹੀਦਾ ਵੀ ਸਾਈਡ ਤੇ ਕੋ ਤਰਨ ਜੋ ਪਤਾ ਕੁੜੀ ਸਕੂਟਰੀ ਲਈ ਆਉਂਦੀ ਹੈ ਕਿਉਂ ਖੜਦੇ ਆ ਮੂਰੇ ਅਸੀਂ ਇਹ ਕਹੇ ਵੀ ਜਿਸ ਦਿਨ ਤੁਸੀਂ ਸਕੂਟਰੀਆਂ ਚੱਕਣੀਆਂ ਨੇ ਦੇਖੋ ਨਾ ਸਾਨੂੰ ਪਹਿਲਾਂ ਕਿਤਨਾ ਕਿਤੇ ਕੋਈ ਅਸੀਂ ਕੋਈ ਜਿਹੜੀ ਐਪ ਚਲਾਉਂਦੇ ਆ ਹਾਂ ਸਾਨੂੰ ਪਤਾ ਵੀ ਇਸ ਦਿਨ ਸਕੂਟਰੀਆਂ ਤੇ ਕੁੜੀਆਂ ਆਉਣਗੀਆਂ ਜੀ ਉਸ ਦਿਨ ਸਾਰਾ ਪੰਜਾਬ ਹੀ ਬੰਦ ਕਰਾ ਦਿਆ ਕਰਾਂਗੇ ਵੀ ਤੁਸੀਂ ਇਕੱਲੇ ਘੁੰਮੋ ਜੀ ਇਹ ਤਾਂ ਆਉਂਦੀ ਹੈ ਜੇ ਫਾਇਰ ਬ੍ਰਿਗੇਡ ਵਾਲੀ ਗੱਡੀ ਜੀ ਨਹੀਂ ਹੁੰਦੀ ਉੱਡੀ ਉਵੇਂ ਆਉਂਦੀ ਹੈ ਥੋੜੀ ਫੜਾਫੜ ਪਾਸੇ ਹੋਣਾ ਪੈਂਦਾ ਵੀ ਪਾਸੇ ਹੋ ਜਾਣੀ ਉੱਤੇ ਚੜ ਜਾਣ ਹਾਂ ਇਹ ਮੈਂ ਤੁਸੀਂ ਮਾਧਵੀ ਤੁਹਾਡੇ ਦੇ ਮੁੰਡੇ ਲੱਗਦੇ ਆ ਸਕੂਟਰੀਆਂ ਤੇ ਥੋੜੀਆਂ ਤੇ ਲੱਗਦੇ ਕਿਉਂ ਜੀ ਸਰ ਇਹਨਾਂ ਨੂੰ ਆ ਲੱਗਦਾ ਵੀ ਕੁੜੀਆਂ ਜ਼ਿਆਦਾ ਵਧੀਆ ਡਰਾਈਵਰੀ ਕਰਦੀਆਂ ਤਾਂ ਕਰਕੇ ਓਹੋ ਹੌਂਗਾ ਭਰਦੇ ਜੀ